ਮੈਂ ਪੰਜਾਬ ਨਾਲ ਵਿਤਕਰਾ ਕਰ ਰਿਹਾ ਪ੍ਰਦੂਸ਼ਣ ਦੇ ਨਾਂ 'ਤੇ ਕਿਸਾਨਾਂ ਦੇ ਸਿਰ ਕੇਸ ਮੜ ਕੇ ਰੈੱਡ ਇੰਟਰੀਆਂ ਪਾ ਕੇ ਜੁਰਮਾਨੇ ਪਾ ਕੇ ਕੇਂਦਰ ਦੀ ਅਫਸਰਸਾਈ ਨੂੰ ਕੇਂਦਰ ਦੀ ਸਰਕਾਰ ਨੂੰ ਬਹੁਤ ਖੁਸ਼ੀ ਹੁੰਦੀ ਆ। ਤੋ ਅਸੀਂ ਕਹਿੰਦੇ ਹਾਂ ਇਹਨਾਂ ਚੀਜ਼ਾਂ ਨਾਲ ਪਰਾਲੀ ਦਾ ਮਸਲੇ ਦਾ ਹੱਲ ਨਹੀਂ ਹੋਣਾ। ਤੁਸੀਂ ਪਰਾਲੀ ਦਾ ਠੋਸ ਹੱਲ ਕਰੋ, ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਹੈਗਾ। ਦੂਸਰਾ, ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ ਸ਼ਹੀਦਾਂ ਦੇ ਨਾਂ 'ਤੇ ਰੋਟੀਆਂ ਤਾਂ ਸੇਕ ਲਈਆਂ ਪਰ ਨਾ ਉਹਨਾਂ ਨੂੰ ਦਿੱਲੀ ਅੰਦੋਲਨ 2 ਦੇ ਵਿੱਚ ਮੁਆਵਜ਼ਾ, ਨਾ ਨੌਕਰੀਆਂ ਮਿਲੀਆਂ, ਪਹਿਲੀਆਂ ਨੌਕਰੀਆਂ ਵੀ ਰਹਿਣੀਆਂ। ਇਹਦੇ ਨਾਲ ਨਾਲ ਜਿਹੜੀ ਭਾਰਤਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਉਹਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤੇ ਬਗੈਰ ਜਬਰੀ ਧੱਕੇ ਨਾਲ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ, ਉਹਦਾ ਯੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀ ਹੈਗੀਆਂ। DAP ਦੇ ਰੈਕ ਇਕੱਲੇ ਪੰਜਾਬ ਵਿੱਚ ਹੀ ਸੈਂਪਲ ਜਿਹੜੇ ਆ ਉਹ ਫੇਲ ਹੋਏ ਨੇ, ਔਰ DAP ਦੇ ਇੰਨੇ ਸਾਡੇ ਕੋਲ ਪ੍ਰਬੰਧ ਵੀ ਨਹੀਂ ਹੈਗੇ, ਕਹਾਂ ਇਹਦੀ ਬਲੈਕ ਹੋਣੀ ਆ। ਉਹਦੇ ਵਾਸਤੇ ਵੀ ਸਰਕਾਰ ਨੂੰ ਬੋਲ ਰਹੇ ਹੈਗੇ ਆ ਵੀ ਇਸ ਮਸਲੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਕੀਤਾ ਜਾਵੇ। ਔਰ ਕੇਂਦਰ ਨਾਲ ਜਿਹੜਾ ਅੰਦੋਲਨ ਚੱਲ ਰਿਹਾ, ਦੇਖੋ ਕੇਂਦਰ ਲਗਾਤਾਰ ਦੇਸ਼ ਦੇ ਆਮ ਜਨਤਾ ਦੇ ਵਿਰੋਧੀ, ਜਿਵੇਂ ਹੁਣ ਇੱਕ ਦੇਸ਼ ਇੱਕ ਚੋਣ ਵਾਲੀ ਗੱਲ ਆ ਗਈ ਆ। ਦੇਖੋ ਇਹ ਟੇਢੇ ਢੰਗ ਨਾਲ ਦੇਸ਼ ਦਾ ਫੈਡਰਲ ਢਾਂਚਾ ਖਤਮ ਕਰਨਾ ਔਰ ਟੇਢੇ ਢੰਗ ਨਾਲ ਲੋਕਾਂ ਦੇ ਜਮਹੂਰੀ ਹੱਕ ਉਚਲਣਾ, ਔਰ ਉਹਨਾਂ ਲੱਗਦਾ ਵੀ 5 ਸਾਲ ਸਾਨੂੰ ਕਾਰਪੋਰੇਟ ਦੀ ਸੇਵਾ ਕਰਨ ਤੋਂ ਕੋਈ ਰੋਕੇ ਨਾ, ਇਲੈਕਸ਼ਨਾਂ ਕਰਕੇ ਕਾਰਪੋਰੇਟ ਦੀ ਸੇਵਾ 2-4 ਮਹੀਨੇ ਰੋਕਣੀ ਪੈਂਦੀ ਆ। ਤੋ ਜਿਵੇਂ ਹੁਣ ਹਰਿਆਣੇ ਦੇ ਵਿੱਚ 22 ਨੂੰ ਪਿੱਪਲੇ ਦੀ ਵੱਡੀ ਮਹਾਂਰੈਲੀ ਜਿਹਦੇ ਵਿੱਚ ਲੱਖਾਂ ਲੋਕ ਉਸ ਰੈਲੀ ਵਿੱਚ ਆ ਰਹੇ ਨੇ, ਭਾਜਪਾ ਘਬਰਾਈ ਹੋਈ ਆ ਔਰ ਪੁੱਠੇ ਸਿੱਧੇ ਬਿਆਨ ਦਾਗ ਰਹੀ ਆ। ਔਰ ਜਿਹੜੇ ਤੁਹਾਨੂੰ ਪਤਾ ਮਾਲਵਿੰਦਰ ਸਿੰਘ ਜੀ ਮਾਲੀ, ਉਹਨਾਂ ਨੂੰ ਜਿਸ ਗੱਲ ਤੋਂ ਗ੍ਰਿਫਤਾਰ ਕੀਤਾ ਗਿਆ ਉਹਦੀ ਨਿੰਦਿਆ ਕਰਦੇ ਆ, ਤੁਰੰਤ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ।